ਚੰਗੀਆਂ ਕਿਤਾਬਾਂ ਮਾਂ ਵਰਗਾ ਪਿਆਰ ਦਿੰਦੀਆਂ ਨੇ, ਚੰਗੀਆਂ ਕਿਤਾਬਾਂ ਭੈਣਾਂ ਵਰਗਾ ਸਤਿਕਾਰ ਦਿੰਦੀਆਂ ਨੇ, ਚੰਗੀਆਂ ਕਿਤਾਬਾਂ ਧੀਆਂ ਦੇ ਚੰਗੇ ਕਿਰਦਾਰ ਲਈ, ਉੱਚੇ ਸੁੱਚੇ ਕਿਰਦਾਰ ਲਈ ਪ੍ਰੇਰਨਾ ਦਾ ਸਰੋਤ ਹੁੰਦੀਆਂ ਨੇ ਅਤੇ ਚੰਗੀਆਂ ਕਿਤਾਬਾਂ ਚੰਗੇ ਲੇਖਕ ਹੀ ਲਿਖਦੇ ਨੇ। ਤਾਂ ਅਸੀਂ ਚੰਗੇ ਲੇਖਕਾਂ ਦੇ ਵਿੱਚੋਂ ਇੱਕ ਲੇਖਕ ਨਾਲ ਹਰਮਨ ਟੀਵੀ ਦੇ ਦਰਸ਼ਕਾਂ ਨਾਲ ਰੂਬਰੂ ਕਰਾਉਣ ਜਾ ਰਹੇ ਹਾਂ, ਸਾਂਝ ਪਾਉਣ ਜਾ ਰਹੇ ਹਾਂ। ਮੇਰੀ ਮੁਰਾਦ ਹੈ ਸਰਦਾਰ ਮਹਿੰਦਰ ਸਿੰਘ ਸੋਢੀ ਹੋਰਾਂ ਤੋਂ। ਅਤੇ ਸੋਢੀ ਸਾਹਿਬ, ਤੁਹਾਡਾ ਹਰਮਨ ਟੀਵੀ 'ਤੇ ਜੀ ਆਇਆਂ ਨੂੰ ਸਵਾਗਤ ਹੈ। ਹੁਣ ਅਸੀਂ ਗੱਲ ਚਲਾਉਂਦੇ ਹਾਂ ਅੱਗੇ ਕਿ ਤੁਸੀਂ ਇਹ ਸਾਹਿਤ ਜੋ ਕਿਤਾਬਾਂ ਲਿਖੀਆਂ ਨੇ ਅਤੇ ਇਹਨਾਂ ਦੇ ਲਈ ਤੁਹਾਨੂੰ ਕਿੱਥੋਂ ਪ੍ਰੇਰਨਾ ਮਿਲੀ ਜਾਂ ਆਪਣੇ ਦੇ ਵਿੱਚ ਰੁਚੀ ਪੈਦਾ ਹੋਈ, ਇਹਦੇ ਬਾਰੇ ਦੱਸੋ ਸਭ ਤੋਂ ਪਹਿਲਾਂ। ਸ਼ੁਰੂ ਵਿੱਚ ਕੋਈ ਮੈਂ ਰਾਈਟਰ ਨਹੀਂ ਸੀ, ਨਾ ਹੀ ਮੈਨੂੰ ਲਿਖਣਾ ਆਉਂਦਾ ਸੀ। ਮੇਰਾ ਸੰਪਰਕ ਬੈਂਕ ਤੋਂ ਰਿਟਾਇਰ ਹੋ ਕੇ ਕੁਝ ਸਾਹਿਤਕਾਰਾਂ ਨਾਲ ਪਿਆ, ਜਿਨ੍ਹਾਂ ਵਿੱਚ ਪ੍ਰਿੰਸੀਪਲ ਕੁਲਵਿੰਦਰ ਸਿੰਘ ਜੀ, ਪੰਜਾਬੀ ਸੱਤ ਭੰਗਾਲਾ ਵਾਲੇ, ਸਰਦਾਰ ਮੋਤਾ ਸਿੰਘ ਜੀ, ਯੂਰਪੀਅਨ ਸੱਤ ਵਾਲਸਲ ਵਾਲੇ, UK ਵਾਲੇ, ਸਰ ਡਾਕਟਰ ਨਿਰਮਲ ਸਿੰਘ ਜੀ, ਪੰਜਾਬੀ ਸੱਤ ਲਾਂਬੜਾ ਵਾਲੇ, ਅਤੇ ਪ੍ਰੋਫੈਸਰ ਬੱਧਨ, ਬਲਦੇਵ ਸਿੰਘ ਬੱਧਨ ਜੀ, ਜਿਹੜੇ PhD ਨੇ, MPhil ਨੇ, ਸਾਬਕਾ ਡਾਇਰੈਕਟਰ ਵੀ ਨੇ ਨੈਸ਼ਨਲ ਬੁੱਕ ਟਰੱਸਟ ਆਫ ਇੰਡੀਆ ਦੇ, ਜਿਨ੍ਹਾਂ ਦੀ ਰਹਿਨੁਮਾਈ ਹੇਠ ਮੈਂ ਲਿਖ ਰਿਹਾ ਹਾਂ। ਉਹਨਾਂ ਨੇ ਮੈਨੂੰ ਗਾਈਡ ਕੀਤਾ ਕਿ ਤੂੰ ਪੜ੍ਹਦਾ ਬਹੁਤ ਜ਼ਿਆਦਾ ਹੈ ਅਤੇ ਲਿਖਿਆ ਵੀ ਕਰ। ਮੈਂ ਹੈਜੀਟੇਟ ਕਰਦੇ ਨੇ ਥੋੜ੍ਹਾ ਲਿਖਣਾ ਸ਼ੁਰੂ ਕੀਤਾ, ਉਹਨਾਂ ਨੇ ਮੇਰੀਆਂ ਗਲਤੀਆਂ ਸੁਧਾਰ ਕੇ ਮੈਨੂੰ ਇਸ ਪਾਸੇ ਤੋਰ ਦਿੱਤਾ ਅਤੇ ਮੈਂ ਹੌਲੀ ਹੌਲੀ ਲਿਖਣਾ ਸ਼ੁਰੂ ਕਰ ਦਿੱਤਾ। ਹੁਣ ਤੱਕ ਤੁਸੀਂ ਇਹ ਕਿੰਨੀਆਂ ਕਿਤਾਬਾਂ ਲਿਖ ਚੁੱਕੇ ਆ, ਸੰਪਾਦਨਾ ਵਾਲੀਆਂ ਵੱਖਰੀਆਂ ਅਤੇ ਆਪ ਜਿੰਨੀਆਂ ਤੁਹਾਡੀਆਂ ਮੌਲਿਕ ਰਚਨਾਵਾਂ ਨੇ ਜਿਨ੍ਹਾਂ ਦੇ ਵਿੱਚ, ਉਹ ਕਿੰਨੀਆਂ ਕਿਤਾਬਾਂ ਨੇ ਇਸ ਵੇਲੇ? ਟੋਟਲ ਕਿਤਾਬਾਂ ਜਿਹੜੀਆਂ 22 ਨੇ ਮੇਰੇ, ਜਿਹੜੀਆਂ ਮੈਂ ਲਿਖ ਚੁੱਕਾ ਹਾਂ, ਜਿਨ੍ਹਾਂ ਵਿੱਚ 6 ਕਿਤਾਬਾਂ ਸੰਪਾਦਕ ਕੀਤੀਆਂ ਨੇ ਅਤੇ ਬਾਕੀ ਕਿਤਾਬਾਂ ਜਿਹੜੀਆਂ ਮੈਂ ਆਪ ਲਿਖੀਆਂ ਨੇ। 16 ਕਿਤਾਬਾਂ? ਹਾਂਜੀ, 16 ਕਿਤਾਬਾਂ ਮੈਂ ਆਪ ਲਿਖੀਆਂ ਨੇ। ਅਤੇ ਇਹਨਾਂ ਕਿਤਾਬਾਂ ਦੇ ਵਿੱਚ ਤੁਸੀਂ ਇਹ ਜਿਹੜੀ ਸਾਹਿਤ ਦੀ ਕਿਹੜੀ ਸਿਨਫ, ਕਿਹੜੀ ਵੰਨਗੀ ਨੂੰ ਲੈਂਦੇ ਆ? ਲੇਖ ਲਿਖਦੇ ਆ, ਵਾਰਤਾ ਲਿਖਦੇ ਆ, ਕਵਿਤਾ ਲਿਖਦੇ ਆ, ਜਾਂ ਮਿੰਨੀ ਕਹਾਣੀ ਲਿਖਦੇ ਆ, ਇਹਦੇ ਬਾਰੇ ਵੀ ਦੱਸੋ। ਮੈਂ 3 ਵਿਧਾਵਾਂ 'ਤੇ ਆਪਣੀ ਕਲਮ ਦੀ ਅਜਮਾਇਸ਼ ਕਰ ਰਿਹਾ। ਇੱਕ ਤਾਂ ਵਾਰਤਕ ਲਿਖ ਰਿਹਾ, ਲੇਖ ਲਿਖ ਰਿਹਾ ਮੈਂ, ਸਮਾਜਿਕ ਤਾਣਾ ਬਾਣਾ ਜੋ ਵੀ ਸਾਡਾ ਅੱਜ ਕੱਲ੍ਹ ਚੱਲ ਰਿਹਾ ਉਹਦੇ ਉਸ 'ਤੇ ਮੈਂ ਕਾਫੀ ਪੁਸਤਕਾਂ ਲਿਖੀਆਂ, ਖਾਸ ਕਰਕੇ ਔਰਤ ਦੇ ਸੰਬੰਧਿਤ, ਜਿੱਦਾਂ ਔਰਤ ਦਾ ਸਮਾਜ ਲਈ ਯੋਗਦਾਨ ਅਤੇ ਹੋਰ ਨਿਬੰਧ, ਅਤੇ ਕੁਝ ਸਫ਼ਰਨਾਮੇ ਵੀ ਲਿਖੇ ਨੇ, ਜਿਸ ਤਰ੍ਹਾਂ ਭੋਪਾਲ ਦੇ ਨਜ਼ਾਰੇ, ਸੈਰ ਸਫ਼ਰਨਾਮੇ, ਊਟੀ, ਬੰਗਲੌਰ, ਦਾਰਜੀਲਿੰਗ ਬਾਰੇ, ਸ਼੍ਰੀਨਗਰ ਬਾਰੇ, ਅਤੇ ਹਿਮਾਚਲ ਦੀਆਂ ਕੁਝ ਦੇਖਣਯੋਗ ਥਾਵਾਂ ਬਾਰੇ ਲਿਖੇ ਨੇ। ਅਤੇ ਇੱਕ ਮੇਰੀ
ਤੀਸਰੀ ਰੁਚੀ ਜਿਹੜੀ ਆ ਉਹ ਮਿੰਨੀ ਕਹਾਣੀ ਵੱਲ ਜ਼ਿਆਦਾ ਜਾ ਰਹੀ ਹੈ। ਮਿੰਨੀ ਕਹਾਣੀ ਦੀਆਂ ਮੈਂ 2 ਪੁਸਤਕਾਂ ਲਿਖ ਚੁੱਕੇ ਹਾਂ ਅਤੇ ਤੀਸਰੀ ਮੇਰੀ ਜਿਹੜੀ ਆ ਉਹ ਪ੍ਰੈਸ ਵਿੱਚ ਪਈ ਹੈ, ਛਪਣ ਵਾਲੀ ਹੈ। ਇਹਨਾਂ 3 ਵਿਧਾਵਾਂ 'ਤੇ ਮੈਂ ਲਿਖਣਾ ਸ਼ੁਰੂ ਕਰ ਰਿਹਾ। ਸਮਾਜ ਦੇ ਵਿੱਚ ਜਿਹੜੇ ਵਿਸ਼ੇ ਲੈਂਦੇ ਆ ਤੁਸੀਂ, ਉਹ ਕੀ ਦਾਜ ਦਹੇਜ ਦੇ ਜਾਂ ਔਰਤਾਂ 'ਤੇ ਅੱਤਿਆਚਾਰ ਜਾਂ ਗਰੀਬਾਂ ਦੇ ਜਿਹੜੀ ਮਜ਼ਦੂਰ ਵਰਗ ਆ ਉਹਨਾਂ ਬਾਰੇ ਲਿਖਦੇ ਹਾਂ ਕਿ ਉਹਨਾਂ ਦਾ ਅਪਲਿਫਟ ਹੋਣ, ਉਹਨਾਂ ਦੀ ਆਰਥਿਕਤਾ ਵਧੀਆ ਹੋਵੇ, ਜਾਂ ਕੋਈ ਧਾਰਮਿਕ ਸਾਹਿਤ ਬਾਰੇ ਲਿਖਦੇ ਹਾਂ? ਕਿਹੜੀਆਂ ਤੁਸੀਂ ਵਿਸ਼ਿਆਂ ਨੂੰ ਛੂੰਹਦੇ ਹੋ? ਮੈਂ ਧਾਰਮਿਕ ਅਤੇ ਰਾਜਨੀਤਿਕ ਵਿਸ਼ੇ ਬਿਲਕੁਲ ਨਹੀਂ ਛੂੰਹਦਾ, ਕਿਉਂਕਿ ਇਹਨਾਂ ਵਿਸ਼ਿਆਂ ਦੇ ਵਿੱਚ ਲੜਾਈ ਝਗੜੇ ਕਾਫੀ ਹੁੰਦੇ ਨੇ, ਅਤੇ ਮੈਂ ਸਿਰਫ ਸੋਸ਼ਲ ਸਮਾਜ ਦੇ ਵਿੱਚ ਜੋ ਵਾਪਰਦਾ ਹੈ, ਔਰਤਾਂ ਦੇ ਨਾਲ ਹਰਕਤਾਂ ਕਰਦੇ ਨੇ, ਬਲਾਤਕਾਰ ਕਰਦੇ ਨੇ, ਅਤੇ ਜਾਂ ਉਹਨਾਂ ਨਾਲ ਦਾਜ ਦਹੇਜ ਸੰਬੰਧੀ ਕਈ ਘਟਨਾਵਾਂ ਵਾਪਰਦੀਆਂ ਨੇ, ਸੁਸਾਈਡ ਕਰਦੀਆਂ ਨੇ ਕੁੜੀਆਂ, ਉਹਨਾਂ ਸੰਬੰਧੀ ਜਾਂ ਸਮਾਜ ਦੇ ਵਿੱਚ ਜਾਂ ਨਸ਼ੇ ਜਿਹੜੇ ਵਰਤਾਏ ਜਾ ਰਹੇ ਨੇ ਉਹਨਾਂ ਪ੍ਰਤੀ ਲਿਖਦਾ ਹਾਂ। ਵਿਗਿਆਨਕ ਸੋਚਾਂ ਬਾਰੇ ਲਿਖਦਾ ਹਾਂ, ਖਾਸ ਕਰਕੇ ਨਾਰੀ ਦੇ ਸ਼ੋਸ਼ਣ 'ਤੇ ਤਾਂ ਮੈਂ ਬਹੁਤ ਜ਼ਿਆਦਾ ਆਪਣੀ ਤਵੱਜੋ ਦਿੰਦਾ ਹਾਂ, ਅਤੇ ਹੋਰ ਵੀ ਕਾਫੀ ਵਿਸ਼ੇ ਨੇ। ਕਹਿਣ ਦਾ ਭਾਵ ਵੀ ਸਮਾਜਿਕ ਬੁਰਾਈਆਂ 'ਤੇ ਅਤੇ ਉਹਨਾਂ ਦੇ ਹੱਲ ਬਾਰੇ ਤੁਸੀਂ ਆਪਣਾ ਜਿਹੜੀ ਆ ਕਲਮ ਅਜ਼ਮਾਈ ਕਰਦੇ ਹੋ। ਹਾਂਜੀ ਹਾਂ। ਅਤੇ ਹੁਣ ਇਹ ਦੱਸੋ ਕਿ ਤੁਸੀਂ ਪਹਿਲਾਂ ਜਦੋਂ ਇਹ ਸਾਹਿਤ ਲਿਖਣ ਤੋਂ ਤੁਸੀਂ ਜ਼ਿਕਰ ਕੀਤਾ ਕਿ ਮੈਂ ਸਰਵਿਸ ਤੋਂ ਬਾਅਦ ਇਹ ਸ਼ੁਰੂ ਕੀਤਾ, ਪਹਿਲਾਂ ਤੁਸੀਂ ਕਿਹੜੇ ਡਿਪਾਰਟਮੈਂਟ ਵਿੱਚ ਸਰਵਿਸ ਕਰਦੇ ਸੀ? ਰਿਟਾਇਰ ਤਾਂ ਇੰਡੀਅਨ ਓਵਰਸੀਜ਼ ਬੈਂਕ ਤੋਂ ਹੋਇਆ, 33 ਸਾਲ ਕੁਛ ਮਹੀਨੇ ਉੱਥੇ ਸਰਵਿਸ ਕਰਕੇ ਰਿਟਾਇਰ ਹੋਇਆ। ਉਸ ਤੋਂ ਪਹਿਲਾਂ 2-3 ਡਿਪਾਰਟਮੈਂਟਾਂ ਤੋਂ ਮੈਂ ਰਿਜਾਇਨ ਵੀ ਦਿੱਤਾ, ਕਿਉਂਕਿ ਮੇਰੀ ਜਿਹੜੀ ਕੌਂਸ਼ੀਅਸ ਸੀ ਉਹ ਅਲਾਓ ਨਹੀਂ ਕਰਦੀ ਸੀ ਕਿ ਉੱਥੇ ਕੋਈ ਬੁਰੇ ਕੰਮ ਕੀਤੇ ਜਾਣ। ਸਭ ਤੋਂ ਪਹਿਲਾਂ ਮੈਨੂੰ ਜੰਗਲਾਤ ਮਹਿਕਮੇ 'ਚ ਨੌਕਰੀ ਮਿਲੀ, ਉੱਥੇ ਬੜਾ ਭ੍ਰਿਸ਼ਟਾਚਾਰ ਸੀ, ਜਿੰਨੇ ਮਰਜ਼ੀ ਦਰੱਖਤ ਕੱਟ ਕੱਟ ਕੇ ਵੇਚੀ ਜਾਓ ਤੁਸੀਂ ਲੱਖਾਂ ਰੁਪਏ ਕਮਾ ਸਕਦੇ ਸੀ, ਪਰ ਮੇਰੀ ਜਿਹੜੀ ਆਤਮਾ ਸੀ ਇਹਨਾਂ ਗੱਲਾਂ ਨੂੰ ਮੰਨਦੀ ਨਹੀਂ ਸੀ, ਅਤੇ ਮੈਂ 3 ਮਹੀਨੇ ਬਾਅਦ ਰਿਜਾਇਨ ਦੇ ਦਿੱਤਾ। ਉਸ ਤੋਂ ਬਾਅਦ ਸੰਨ 1976 ਵਿੱਚ ਮੈਨੂੰ ਫੂਡ ਸਪਲਾਈ ਵਿੱਚ ਨੌਕਰੀ ਮਿਲੀ। ਫੂਡ ਸਪਲਾਈ ਦੇ ਵਿੱਚ ਵੀ ਘਪਲੇਬਾਜ਼ੀ ਕਾਫੀ ਸੀ, ਆਮ ਤੌਰ 'ਤੇ ਮੇਰੇ ਜਿਹੜੇ ਨਾਲ ਦੇ ਇੰਸਪੈਕਟਰ ਸੀਗੇ ਸਬ ਇੰਸਪੈਕਟਰ ਸੀਗੇ, ਕਣਕ ਦੀਆਂ ਬੋਰੀਆਂ ਵੇਚੀਆਂ ਜਾਣੀਆਂ ਉਹਨਾਂ ਨੇ, ਲੱਖਾਂ ਰੁਪਏ ਕਮਾਈ ਜਾਣੇ, ਪਰ ਮੈਨੂੰ ਉਹ ਇਹ ਜਿਹੜਾ ਸੀਗਾ ਕੰਮ ਚੰਗਾ ਨਹੀਂ ਲੱਗਾ। ਉੱਥੋਂ ਵੀ ਮੈਂ 2.5 ਮਹੀਨੇ ਬਾਅਦ ਅਸਤੀਫਾ ਦੇ ਦਿੱਤਾ ਸੀ। ਉਸ ਤੋਂ ਬਾਅਦ ਮੇਰੀ ਜਿਹੜੀ ਓਵਰੇਜ ਸੀ ਉਸ ਵੇਲੇ ਮੇਰੇ 27 ਸਾਲ ਦੀ ਉਮਰ ਹੋਣ ਦੇ ਵਿੱਚ 6 ਮਹੀਨੇ ਰਹਿੰਦੇ ਸੀ, 27 ਸਾਲ ਦੀ ਗੌਰਮੈਂਟ ਨੇ ਏਜ ਰੱਖੀ ਸੀ ਨੌਕਰੀ ਵਾਸਤੇ। 6 ਮਹੀਨੇ ਪਹਿਲਾਂ ਮੈਂ ਮਜਬੂਰਨ ਮੈਨੂੰ ਪੁਲਿਸ ਦੀ ਨੌਕਰੀ ਜੁਆਇਨ ਕਰਨੀ ਪਈ, ਜਿਹੜੀ ਕਿ ਇਹਨਾਂ ਦੋਨਾਂ ਮਹਿਕਮਿਆਂ ਤੋਂ ਵੀ ਅੱਛੀ ਨਹੀਂ ਸੀ। ਉਹ ਜ਼ਿਆਦਾ ਇਹ ਜਿਸ ਤਰ੍ਹਾਂ ਅਸੀਂ ਆਮ ਲੋਕਾਂ ਦੇ ਵਿਚਾਰ ਵਿੱਚ ਆਉਂਦਾ ਕਿ ਰਿਸ਼ਵਤ ਵੱਲ ਨੂੰ ਜ਼ਿਆਦਾ ਰੁਚੀ ਕਰਦੇ ਨੇ, ਉਹੀ ਗੱਲ ਹੋਈ ਇਸੇ ਕਰਕੇ? ਹਾਂ, ਇਸੇ ਕਰਕੇ, ਰਿਸ਼ਵਤ ਕਰਕੇ ਅਤੇ ਹੋਰ ਵੀ ਕਈ ਗਲਤ ਕੰਮ। ਨਹੀਂ, ਤੁਸੀਂ ਰਿਸ਼ਵਤ ਤਾਂ ਨਹੀਂ ਲੈਂਦੇ ਸੀ, ਪਰ ਕੀ ਉਸੇ ਨੌਕਰੀ ਦੇ ਵਿੱਚ ਲੰਬਾ ਸਮਾਂ ਕੰਮ ਕੀਤਾ ਜਾਂ ਉਹ ਵੀ ਛੱਡਣੀ ਪਈ, ਅਤੇ ਕਿਉਂ ਛੱਡਣੀ ਪਈ? ਉਹ ਵੀ 2.5 ਮਹੀਨੇ ਮੈਂ ਪੁਲਿਸ ਦੀ ਨੌਕਰੀ ਸਿਰਫ ਕੀਤੀ ਹੈ, ਕਿਉਂਕਿ ਉੱਥੇ ਵੀ ਮੈਨੂੰ ਕੋਈ ਜਚਿਆ ਨਹੀਂ, ਮੇਰੀ ਉੱਥੇ ਵੀ ਕੋਸ਼ਿਸ਼ ਅਲਾਓ ਨਹੀਂ ਕੀਤੀ। ਉਹ ਵੀ 2.5 ਮਹੀਨੇ ਬਾਅਦ ਮੈਂ ਰਿਜਾਇਨ ਕਰ ਦਿੱਤਾ।
ਤੇ ਬੈਂਕ ਦੀ ਨੌਕਰੀ ਮੇਰੀ ਜਿੱਦਾਂ ਦੀ ਮੇਰੀ ਰੂਹ ਸੀ ਉਦਾਂ ਦੀ ਮਿਲ ਗਈ, ਜਿੱਥੇ ਕਿਸੇ ਨੂੰ ਚਾਹ ਦਾ ਕੱਪ ਪਿਆਇਆ ਜ਼ਰੂਰ ਹੋਵੇਗਾ ਪਰ ਪੀਤਾ ਨਹੀਂ ਕਿਸੇ ਤੋਂ ਅੱਜ ਤੱਕ। ਇਹ ਬਹੁਤ ਵਧੀਆ ਗੱਲ ਹੈ ਜੀ ਤੁਹਾਡੀ, ਕਿਉਂਕਿ ਇਨਸਾਨੀਅਤ ਦੇ ਜਿਹੜੀਆਂ ਰੂਲਸ ਨੇ, ਰੈਗੂਲੇਸ਼ਨ ਨੇ, ਇਨਸਾਨੀਅਤ ਦੀਆਂ ਕਦਰਾਂ ਕੀਮਤਾਂ ਨੇ, ਤੁਸੀਂ ਉਸ 'ਤੇ ਪਹਿਰਾ ਦੇਣ ਦੀ ਕੋਸ਼ਿਸ਼ ਕਰਦੇ ਰਹੇ ਹਾਂ, ਅਤੇ ਜਿਹੜੇ ਕੋਈ ਕਰਪਟ ਡਿਪਾਰਟਮੈਂਟਸ ਆ ਉਹਨਾਂ ਵੱਲ ਬਹੁਤੀ ਰੁਚੀ ਨਹੀਂ ਦਿਖਾਈ। ਹੁਣ ਤੁਸੀਂ ਇਹ ਦੱਸੋ ਕਿ ਇਹਨਾਂ ਕਿਤਾਬਾਂ ਦੇ ਵਿੱਚ, ਪੁਸਤਕਾਂ ਦੇ ਵਿੱਚ ਕਿਹੜੀ ਦੋ ਚਾਰ ਗੱਲਾਂ ਅਸੀਂ ਸਾਂਝੀਆਂ ਕਰਾਂਗੇ, ਉਹਨਾਂ ਦੇ ਵਿੱਚੋਂ ਕੋਈ ਨਾ ਕੋਈ ਇੱਕ ਅੱਧੀ ਸਾਡੇ ਨਾਲ ਸਾਂਝ ਪਾਓ, ਦੋ ਚਾਰ ਲਾਈਨਾਂ ਇਹਨਾਂ 'ਚੋਂ ਦੱਸੋ ਕਿ ਇਸ ਪੁਸਤਕ ਵਿੱਚ ਮੈਂ ਆਹ ਚੀਜ਼ ਦੱਸਣ ਦੀ ਕੋਸ਼ਿਸ਼ ਕੀਤੀ ਆ, ਮੇਰੇ ਮਨ ਦੇ ਵਿੱਚ ਇਹ ਚੀਜ਼ ਆਈ। ਹੁਣੇ ਹੁਣੇ ਇਸੇ ਮਹੀਨੇ ਮੇਰੀ ਨਵੀਂ ਪੁਸਤਕ ਆਈ ਆ, ਔਰਤ ਦਾ ਸਮਾਜ ਲਈ ਯੋਗਦਾਨ ਅਤੇ ਹੋਰ ਨਿਬੰਧ। ਇਹ ਪੁਸਤਕ ਦੇ ਵਿੱਚ ਮੈਂ ਬਹੁਤ ਸਾਰੇ ਹੋਰ ਵੀ ਲੇਖ ਲਿਖੇ ਨੇ। ਸਭ ਤੋਂ ਪਹਿਲਾਂ ਜਿਹੜਾ ਲੇਖ ਆ ਮੈਂ ਔਰਤ ਬਾਰੇ ਲਿਖਿਆ, ਔਰਤ ਨਾਲ ਵਧੀਕੀਆਂ ਕੀ ਹੋ ਰਹੀਆਂ ਨੇ, ਔਰਤ ਅਤੇ ਸਮਾਜ ਦਾ ਗੂੜਾ ਰਿਸ਼ਤਾ ਹੈ, ਔਰਤ ਤੋਂ ਬਗੈਰ ਸਾਡਾ ਸਮਾਜ ਜਿਹੜਾ ਅਧੂਰਾ ਹੈ, ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ ਅਤੇ ਔਰਤ ਤੋਂ ਬਿਨਾਂ ਸਮਾਜ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਔਰਤ ਤੋਂ ਬਗੈਰ ਘਰ ਭੂਤਾਂ ਦਾ ਡੇਰਾ ਲੱਗਦਾ, ਸਾਡਾ ਘਰ ਪਰਿਵਾਰ ਵੀ ਸਾਡੇ ਸਮਾਜ ਦੀ ਇੱਕ ਇਕਾਈ ਹੈ। ਹਰ ਲੜਕੀ ਨੂੰ ਮਾਂ ਨੇ ਸਿੱਖਿਆ ਦੇਣੀ ਹੁੰਦੀ ਹੈ ਕਿ ਸਮਾਜ ਅਤੇ ਸਹੁਰੇ ਘਰ ਵਿੱਚ ਕਿਵੇਂ ਵਿਚਰਨਾ ਹੈ, ਕਿਵੇਂ ਰਹਿਣਾ ਹੈ, ਕਿੰਝ ਦਾ ਵਿਵਹਾਰ ਕਰਨਾ ਹੈ। ਆਪਣੇ ਸੰਸਕਾਰ ਨਹੀਂ ਗਾਉਣੇ, ਪਰ ਸਹੁਰੇ ਘਰ ਬਾਰੇ ਉਸਨੂੰ ਸੱਸ ਦਾ ਡਰਾਵਾ ਨਹੀਂ ਦੇਣਾ ਚਾਹੀਦਾ ਕਿ ਵੇਖੀ ਕਿਵੇਂ ਤੈਨੂੰ ਗੁੱਤੋਂ ਫੜ ਕੇ ਕੁੱਟਦੀ ਜਾਂ ਘੜੀਸੇਗੀ। ਸਹੁਰੇ ਘਰ ਵਿੱਚ ਉਸਦਾ ਬਹੁਤ ਦਰਾਣੀਆਂ ਜਠਾਣੀ ਨਾਲ ਵੀ ਪੈਂਦਾ ਹੈ। ਸਹੁਰੇ ਘਰ ਵਾਲਾਂ ਦਾ ਵੀ ਫਰਜ਼ ਬਣਦਾ ਕਿ ਪਰਿਵਾਰ ਵਿੱਚ ਆਏ ਨਵੇਂ ਜੀ ਬਹੂ ਦਾ ਸਵਾਗਤ ਕਰਨ, ਇੱਜ਼ਤ ਕਰਨ, ਹਮਦਰਦੀ ਦੇ ਸਿਆਣਪ ਨਾਲ ਪੇਸ਼ ਆਉਣ, ਕਿਉਂਕਿ ਉਸ ਵਾਸਤੇ ਸਹੁਰੇ ਘਰ ਦੇ ਰੀਤੀ ਰਿਵਾਜ਼, ਰਹਿਣ ਸਹਿਣ, ਖਾਣ ਪੀਣ ਅਤੇ ਆਪਣੇ ਆਪ ਨੂੰ ਪਰਿਵਾਰ ਵਿੱਚ ਇੱਕ ਮੁਕਾਉਣ ਵਾਸਤੇ ਸਮਾਂ ਚਾਹੀਦਾ ਹੁੰਦਾ ਹੈ। ਸਮਾਜ ਸਾਡੇ ਸਭ ਦੇ ਮਿਲਣ ਨਾਲ ਹੀ ਬਣਦਾ ਹੈ। ਇਹੋ ਜਿਹੀਆਂ ਮੈਂ ਔਰਤ ਸੰਬੰਧੀ ਲਿਖਤਾਂ ਲਿਖਦਾ ਹਾਂ। ਕਹਿਣ ਦਾ ਭਾਵ ਤੁਸੀਂ ਇਹ ਜੋ ਸਮਾਜ ਦਾ ਵਰਤਾਰਾ ਆ, ਸੱਸ ਆ, ਨੌਵਾਂ, ਉਹਦੇ ਵਿੱਚੋਂ ਜੋ ਤੁਸੀਂ ਸੰਤੁਲਨ ਬਣਾ ਕੇ ਕੱਢਿਆ ਕਿ ਸਾਨੂੰ ਪਰਿਵਾਰ ਦੇ ਵਿੱਚ ਪੋਜ਼ਿਟਿਵਿਟੀ ਹੋਣਾ ਚਾਹੀਦਾ, ਸਕਾਰਾਤਮਕ ਦੇ ਸੋਚ ਨੂੰ ਅੱਗੇ ਲਿਆ ਕੇ ਆਪਣਾ ਪਰਿਵਾਰ ਨੂੰ, ਆਪਣੇ ਘਰ ਨੂੰ ਸਵਰਗ ਵਰਗਾ ਬਣਾਉਣਾ ਚਾਹੀਦਾ, ਇਹੀ ਕਹਿਣ ਦਾ ਕੋਸ਼ਿਸ਼ ਤੁਸੀਂ ਕੀਤੀ ਆ? ਬਿਲਕੁਲ ਬਿਲਕੁਲ। ਸ਼ੁਰੂ ਸ਼ੁਰੂ ਵਿੱਚ ਔਰਤ ਨੂੰ ਪੈਰ ਦੀ ਜੁੱਤੀ ਸਮਝ ਜਾਂਦਾ ਸੀ, ਉਸਨੂੰ ਪੜ੍ਹਨ ਦਾ ਅਧਿਕਾਰ ਨਹੀਂ ਸੀ, ਉਹ ਸਿਰਫ ਰੋਟੀ ਪਕਾਉਣ ਜੋਗੀ, ਚੁੱਲ੍ਹੇ ਚੌਂਕੇ ਜੋਗੀ ਉਸਨੂੰ ਰੱਖਿਆ ਜਾਂਦਾ ਸੀ, ਉਹ ਕਿਤੇ ਬਾਹਰ ਨਹੀਂ ਜਾ ਸਕਦੀ ਸੀ। ਪਰ ਅੱਜ ਔਰਤ ਨੂੰ ਜਦੋਂ ਪੜ੍ਹਨ ਦਾ ਅਧਿਕਾਰ ਮਿਲਿਆ, ਅੱਜ ਔਰਤ ਕਈ ਜ਼ਿਲ੍ਹਿਆਂ 'ਚ ਡਿਪਟੀ ਕਮਿਸ਼ਨਰ, ਕਮਿਸ਼ਨਰ ਲੱਗੀਆਂ ਹੋਈਆਂ ਹਨ ਅਤੇ ਹੋਰ ਵੀ ਅੱਜ ਕੱਲ੍ਹ ਚੰਗੇ ਚੰਗੇ ਅਹੁਦਿਆਂ ਤੇ ਤਾਇਨਾਤ ਨੇ, ਪਤੀ ਪ੍ਰਧਾਨ ਮੰਤਰੀ ਦੇ ਅਹੁਦੇ ਤੱਕ ਔਰਤ ਪਹੁੰਚ ਚੁੱਕੀ ਹੈ, ਔਰ ਈ ਰਿਕਸ਼ਾ ਤੋਂ ਲੈ ਕੇ ਅੱਜ ਕੱਲ੍ਹ ਜਹਾਜ਼ ਕੁੜੀਆਂ ਚਲਾ ਰਹੀਆਂ ਨੇ, ਪਾਇਲਟ ਬਣੀਆਂ ਨੇ, ਈਵਨ ਪੁਲਿਸ ਦੇ ਵਿੱਚ BSF ਦੇ ਵਿੱਚ ਨੌਕਰੀ ਕਰ ਰਹੀਆਂ ਨੇ। ਉਹ ਕਿਹੜਾ ਕੰਮ ਆ ਜਿਹੜੀ ਔਰਤ ਨਹੀਂ ਕਰ ਸਕਦੀ? ਹਰ ਫੀਲਡ ਦੇ ਵਿੱਚ ਅੱਗੇ ਤੇ ਅੱਗੇ ਜਾ ਰਹੀਆਂ ਨੇ। ਅਤੇ ਹੁਣ ਤੁਸੀਂ ਇਹਨਾਂ ਇਹਨਾਂ ਪੁਸਤਕਾਂ ਦੇ ਵਿੱਚੋਂ ਕੋਈ ਕਹਾਣੀ ਛੋਟੀ ਆ, ਦੋ ਚਾਰ ਲਾਈਨਾਂ ਜਾਂ ਕੋਈ ਕੁਛ ਆ, ਜਾਂ ਬਿਲਕੁਲ ਮਿੰਨੀ ਕਹਾਣੀ ਆ, ਉਹਦੀਆਂ ਦੋ ਚਾਰ ਲਾਈਨਾਂ ਸਾਂਝੀਆਂ ਸਾਡੇ ਨਾਲ ਕਰੋ ਕਿ ਜਾਂ ਉਹ ਵਿਸ਼ੇ ਨਾਲ? ਚਲੋ ਜੇ ਦੂਰ ਆ ਪੁਸਤਕ ਤਾਂ ਆਪਾਂ ਵੈਸੇ ਹੀ, ਮਿੰਨੀ ਕਹਾਣੀ ਦੇ ਵਿੱਚ ਕੀ ਤੁਸੀਂ ਛੂਹਦੇ ਹੋ ਕਿ ਇਸ ਢੰਗ ਦਾ, ਇਸ ਵਿਅੰਗਾਤਮਕ ਚੀਜ਼ ਦੱਸਣ ਦੀ ਕੋਸ਼ਿਸ਼ ਕਰਦੇ ਹਾਂ, ਜਾਂ ਜੋ ਕੁਝ ਸਮਾਜ ਦੇ ਵਿੱਚ ਵਿਚਰਿਆ ਉਸ ਨੂੰ ਸਹੀ ਪਾਸੇ ਲਿਜਾਣ ਲਈ ਕਹਾਣੀ ਲਿਖਦੇ ਹੋ?
ਮਿੰਨੀ ਕਹਾਣੀ ਦੇ ਵਿੱਚ ਕੁਛ ਇਸ ਤਰ੍ਹਾਂ ਦਾ ਪੇਸ਼ ਕੀਤਾ ਜਾਂਦਾ, ਮਿੰਨੀ ਵੀ ਹੋਵੇ ਅਤੇ ਕੁਛ ਪਾਠਕਾਂ ਨੂੰ ਸੇਧ ਵੀ ਦੇਵੇ ਅਤੇ ਕੁਛ ਸੋਚਣ ਲਈ ਮਜਬੂਰ ਵੀ ਕਰੇ ਕਿ ਇਸ ਦੇ ਵਿੱਚ ਕੀ ਹੈ ਅਤੇ ਕੀ ਕਰਨਾ ਚਾਹੀਦਾ ਸੀ। ਮੈਂ ਕੁਛ ਮਿੰਨੀ ਕਹਾਣੀਆਂ ਦੀ ਨਵੀਂ ਕਿਤਾਬ ਲਿਖ ਰਿਹਾ ਜਿਹਦੇ ਵਿੱਚ ਤੁਹਾਨੂੰ ਨੇਕ ਕਮਾਈ ਦੀ ਕੀਮਤ, ਮੇਰੀ ਮਿੰਨੀ ਕਹਾਣੀ ਹੈ। ਆਪ ਬੀਤੀ ਕਮਾਈ ਦਾ ਮਾਣ ਹੁੰਦਾ ਹੈ ਜਦੋਂ ਤੱਕ ਬੱਚੇ ਪਾਪਾ ਮੰਮੀ ਤੋਂ ਰੁੱਸ ਕੇ ਜਾਂ ਲੜ ਝੜ ਕੇ ਪੈਸੇ ਲੈਂਦੇ ਰਹਿੰਦੇ ਹਨ, ਉਦੋਂ ਤੱਕ ਉਹਨਾਂ ਦੇ ਪੈਸੇ ਦੀ ਕੀਮਤ ਦਾ ਬਿਲਕੁਲ ਪਤਾ ਨਹੀਂ ਲੱਗਦਾ। ਲੇਕਿਨ ਉਹੀ ਬੱਚੇ ਜਦੋਂ ਆਪ ਹੱਥੀਂ ਕੰਮ ਕਰਨ ਲੱਗਦੇ ਹਨ ਅਤੇ ਆਪਣੇ ਆਪ ਵੀ ਬੱਚਿਆਂ ਦੇ ਬਾਪੂ ਬਣ ਜਾਂਦੇ ਹਨ ਤਾਂ ਫਿਰ ਉਹਨਾਂ ਨੂੰ ਆਟੇ ਦਾਲ ਦੇ ਭਾਅ ਦਾ ਪਤਾ ਲੱਗਦਾ ਹੈ। ਇੱਕ ਬਜ਼ੁਰਗ ਨੇ ਕਹਾਣੀ ਸੁਣਾਈ ਜਿਹੜੀ ਇਹੋ ਜਿਹੀ ਸੱਚ ਨੂੰ ਉਜਾਗਰ ਕਰਦੀ ਹੈ। ਉਸਨੇ ਕਿਹਾ ਕਿ ਕਿਸੇ ਭੱਦਰ ਪੁਰਸ਼ ਦਾ ਬੇਟਾ ਜਵਾਨ ਹੋ ਗਿਆ ਅਤੇ ਸਾਰਾ ਦਿਨ ਆਵਾਰਾ ਕਰਦਾ ਰਹਿੰਦਾ, ਕਦੇ ਬਾਈਕ ਲੈ ਕੇ ਕੁੜੀਆਂ ਪਿੱਛੇ ਗੇੜੇ ਮਾਰਦਾ, ਕਦੀ ਨਸ਼ੇੜੀ ਯਾਰਾਂ ਦੋਸਤਾਂ ਦੀ ਮਹਿਫਲ ਦਾ ਸ਼ਿੰਗਾਰ ਬਣਦਾ। ਇੱਕ ਦਿਨ ਉਸਦੇ ਬਾਪ ਨੇ ਕਿਹਾ ਕਿ ਬੇਟਾ, ਅੱਜ ਜੇਕਰ ਤੂੰ ਕੋਈ ਕਮਾਈ ਕਰਕੇ ਨਾ ਲਿਆਇਆ ਤਾਂ ਤੈਨੂੰ ਰਾਤ ਦੀ ਰੋਟੀ ਨਹੀਂ ਮਿਲੇਗੀ ਅਤੇ ਭੁੱਖੇ ਹੀ ਸੌਣਾ ਪਵੇਗਾ। ਜ਼ਿਆਦਾਤਰ ਮਾਵਾਂ ਲੜ ਲੜਾ ਕੇ ਪੁੱਤਰਾਂ ਨੂੰ ਖਰਾਬ ਕਰਦੀਆਂ ਹਨ। ਮਾਂ ਨੇ ਪਿਤਾ ਦੇ ਥੋੜ੍ਹਾ ਓਹਲੇ ਹੋਣ 'ਤੇ ਆਪਣੇ ਲਾਡਲੇ ਪੁੱਤਰ ਨੂੰ 10 ਰੁਪਏ ਦੇ ਦਿੱਤੇ ਅਤੇ ਕਿਹਾ ਕਿ ਸ਼ਾਮ ਵੇਲੇ ਇਹ ਆਪਣੇ ਬਾਪੂ ਨੂੰ ਦਿਖਾ ਦੇਵੇਂ। ਜਦੋਂ ਸ਼ਾਮ ਵੇਲੇ ਲੜਕਾ ਆਵਾਰਾਗਰਦੀ ਕਰਕੇ ਘਰ ਪਹੁੰਚਾ ਤਾਂ ਪਿਤਾ ਨੇ ਖੱਟੀ ਕਮਾਈ ਬਾਰੇ ਪੁੱਛਿਆ। ਪੁੱਤਰ ਨੇ ਉਹ 10 ਰੁਪਏ ਜਿਹੜੇ ਉਸਦੀ ਮਾਤਾ ਨੇ ਦਿੱਤੇ ਸਨ ਦਿਖਾ ਦਿੱਤੇ। ਪਿਤਾ ਨੇ ਕਿਹਾ ਕਿ ਬੇਟਾ, ਇਹ 10 ਰੁਪਏ ਮੇਰੇ ਸਾਹਮਣੇ ਸਾਹਮਣੇ ਖੂਹ ਵਿੱਚ ਸੁੱਟਿਆ। ਸੱਚਮੁੱਚ ਪੁੱਤਰ ਨੇ ਉਹ ਰੁਪਈਏ ਖੂਹ ਵਿੱਚ ਸੁੱਟ ਦਿੱਤੇ, ਕਿਉਂਕਿ ਉਹਦਾ ਕਿਹੜਾ ਜ਼ੋਰ ਲੱਗਾ ਸੀ। ਦੂਸਰੇ ਦਿਨ ਪਿਤਾ ਨੇ ਫਿਰ ਕਿਹਾ ਕਿ ਅੱਜ ਸ਼ਾਮ ਵੇਲੇ ਫਿਰ ਤੇਰੀ ਕਮਾਈ ਦੇਖੀ ਜਾਏਗੀ। ਮਾਂ ਨੇ ਫਿਰ 5 ਰੁਪਏ ਆਪਣੇ ਲਾਡਲੇ ਨੂੰ ਦਿੱਤੇ ਅਤੇ ਕਿਹਾ ਕਿ ਸ਼ਾਮ ਵੇਲੇ ਇਹ ਦਿਖਾ ਦੇਵੀਂ। ਦੂਸਰੀ ਸ਼ਾਮ ਪਿਤਾ ਨੇ ਫਿਰ ਪਹਿਲਾਂ ਵਾਂਗ ਹੀ ਕਮਾਈ ਬਾਰੇ ਪੁੱਛਿਆ ਤਾਂ ਪੁੱਤਰ ਨੇ ਉਹ 5 ਰੁਪਏ ਕੱਢੇ ਅਤੇ ਦਿਖਾ ਦਿੱਤੇ। ਪਿਤਾ ਨੇ ਫਿਰ ਕਿਹਾ ਕਿ ਪੈਸੇ ਤੂੰ ਉਸੇ ਖੂਹ ਵਿੱਚ ਸੁੱਟ ਦੇ। ਪੁੱਤਰ ਨੇ ਉਵੇਂ ਹੀ ਉਹ ਪੈਸੇ ਖੂਹ ਵਿੱਚ ਸੁੱਟ ਦਿੱਤੇ। ਪਿਤਾ ਨੇ ਤੀਸਰੇ ਦਿਨ ਫਿਰ ਕਿਹਾ ਕਿ ਪੁੱਤਰਾ, ਸ਼ਾਬਾਸ਼, ਅੱਜ ਤੇਰੀ ਫਿਰ ਕਮਾਈ ਦਾ ਲੇਖਾ ਜੋਖਾ ਕੀਤਾ ਜਾਵੇਗਾ। ਹੁਣ ਮਾਂ ਕੋਲ ਵੀ ਕੋਈ ਪੈਸਾ ਬਾਕੀ ਨਹੀਂ ਸੀ। ਉਸਨੇ ਪੁੱਤਰ ਨੂੰ ਚੇਤਾਵਨੀ ਦਿੱਤੀ ਕਿ ਅੱਜ ਤਾਂ ਤੈਨੂੰ ਕੋਈ ਨਾ ਕੋਈ ਕੰਮ ਕਰਨਾ ਹੀ ਪੈਣਾ। ਉਸਨੇ ਲਾਡਲੇ ਨੂੰ ਪਰੌਂਠੇ ਬਣਾ ਕੇ ਟਿਫਨ ਦੇ ਦਿੱਤਾ। ਲੜਕਾ ਮਜ਼ਦੂਰਾਂ ਦੀ ਲਾਈਨ ਵਿੱਚ ਜਾ ਖੜਾ ਹੋਇਆ। ਸਾਰੇ ਦਿਨ ਦਾ ਕੰਮ ਮਿਲ ਗਿਆ, ਸਾਰਾ ਦਿਨ ਧੁੱਪੇ ਸੜਦਾ ਰਿਹਾ ਅਤੇ ਸ਼ਾਮ ਵੇਲੇ ਮਾਲਕ ਨੇ 4 ਆਨੇ ਦੀ ਮਜ਼ਦੂਰੀ ਦੇ ਕੇ ਤੋਰ ਦਿੱਤਾ। ਘਰ ਪਹੁੰਚਦੇ ਹੀ ਪਿਤਾ ਨੇ ਫਿਰ ਉਹੀ ਪਹਿਲਾਂ ਦੀ ਤਰ੍ਹਾਂ ਖੱਟੀ ਕਮਾਈ ਬਾਰੇ ਪੁੱਛਿਆ ਤਾਂ ਪੁੱਤਰ ਨੇ ਕਿਹਾ, 4 ਆਨੇ ਜਿਹੜੇ ਮਿਲੇ ਹਨ ਦਿਖਾ ਦਿੱਤੇ। ਪਿਤਾ ਨੇ ਫਿਰ ਪਹਿਲਾਂ ਹੀ ਤਰ੍ਹਾਂ ਹੀ ਕਿਹਾ ਕਿ ਇਹ ਪੈਸੇ ਵੀ ਖੂਹ ਵਿੱਚ ਸੁੱਟ ਦਿਓ। ਲੇਕਿਨ ਲੜਕਾ ਪੈਸੇ ਸੁੱਟਣ ਤੋਂ ਆਨਾ ਕਾਨੀ ਕਰਨ ਲੱਗਾ। ਪਿਤਾ ਨੇ ਕਿਹਾ ਕਿ ਬੇਟਾ, ਜਾਂਦਾ ਕਿਉਂ ਨਹੀਂ? ਪੁੱਤਰ ਇੱਕਦਮ ਗੁੱਸਾ ਖਾ ਕੇ ਕਹਿਣ ਲੱਗਾ ਕਿ ਮੈਂ ਸਾਰਾ ਦਿਨ ਧੁੱਪੇ ਸੜ ਕੇ ਇਹ ਪੈਸੇ ਕਮਾਏ ਹਨ, ਮੈਂ ਖੂਹ ਵਿੱਚ ਕਿਉਂ ਸੁੱਟਾਂ? ਪਿਤਾ ਨੇ ਕਿਹਾ ਕਿ ਸ਼ਾਬਾਸ਼ ਪੁੱਤਰਾ, ਲੱਗਦਾ ਤੈਨੂੰ ਅਕਲ ਆ ਗਈ ਹੈ ਅਤੇ ਨੇਕ ਕਮਾਈ ਦੀ ਤਾਕਤ ਅਤੇ ਬਰਕਤ ਦਾ ਪਤਾ ਚੱਲ ਗਿਆ ਹੈ। ਵਾਕਿਆ ਹੱਥੀਂ ਕੰਮ ਕਰਕੇ ਉਸਨੂੰ ਨੇਕ ਕਮਾਈ ਦੀ ਕੀਮਤ ਸਮਝ ਆ ਗਈ। ਬਹੁਤ ਵਧੀਆ ਕਹਾਣੀ ਹੈ ਜੀ, ਪ੍ਰੇਰਣਾ ਦਿੰਦੀ ਆ ਕਿ ਸਾਨੂੰ ਕਿਰਤ ਕਰਨੀ ਚਾਹੀਦੀ। ਆਪਣੀ ਕਿਰਤ ਦੇ ਲਈ ਕਿੰਨਾ ਮੋਹ ਹੁੰਦਾ, ਕਿੰਨਾ ਉਸ ਨੂੰ ਥੋੜ੍ਹੇ ਥੋੜ੍ਹੇ ਪੈਸੇ ਨੂੰ, ਚਾਹੇ ਜ਼ਿਆਦਾ ਪੈਸੇ ਆ, ਉਹਨੂੰ ਬੜੇ ਢੰਗ ਨਾਲ ਅਸੀਂ ਰੱਖਦੇ ਹਾਂ। ਹੁਣ ਤੁਸੀਂ ਥੋੜ੍ਹਾ ਬਹੁਤਾ ਇਹ ਆਪਣੇ ਸਾਹਿਤ ਦੇ ਬਾਰੇ ਇਹ ਦੱਸੋ ਕਿ ਇਹ ਲਾਇਬ੍ਰੇਰੀ ਵਿੱਚ ਤੁਸੀਂ ਬੈਠੇ ਆ ਅਤੇ ਇਸ ਦੇ ਵਿੱਚ ਇਸ ਦੇ ਇੰਚਾਰਜ ਹੋ ਅਤੇ ਇਹਦੇ ਲਈ ਇੱਕ ਟਰੱਸਟ ਬਣਿਆ ਹੋਇਆ? ਹਾਂ, ਕੁਛ ਮੈਂਬਰਾਂ ਦੀ ਅਸੀਂ ਸੁਸਾਇਟੀ ਬਣਾ ਰੱਖੀ ਹੈ। ਮੁਹੱਲੇ ਦੇ ਲੋਕ ਜਿਹੜੇ ਨੇ ਇਹਦੇ ਮੈਂਬਰ ਨੇ, ਕੋਈ ਪ੍ਰਧਾਨ ਹੈ, ਮੈਂ ਇਹਦਾ ਸੈਕਟਰੀ ਹਾਂ ਅਤੇ ਹੋਰ ਵੀ ਮੈਂਬਰ ਨੇ ਜਿਹੜੇ ਸਮੇਂ ਸਮੇਂ 'ਤੇ ਅਗਵਾਈ ਕਰਦੇ ਰਹਿੰਦੇ ਨੇ। ਇਹ ਤੁਹਾਡੀ ਇੰਚਾਰਜਸ਼ਿਪ ਦੇ ਵਿੱਚ ਇਹ ਸਾਰਾ
ਇਹ ਬੁੱਕਸ ਆ ਜਿਹੜੀਆਂ ਦੇਖ ਰੇਖ ਦੇ ਵਿੱਚ ਕੋਈ ਲਿਜਾਂਦੇ ਨੇ, ਤੁਸੀਂ ਇਸ਼ੂ ਕਰਦੇ ਹੋ ਅਤੇ ਉਹ ਸਮੇਂ ਸਿਰ ਵਾਪਸ ਆਉਂਦੇ ਨੇ, ਇਸ ਦਾ ਰਿਕਾਰਡ ਰੱਖਿਆ ਜਾਂਦਾ ਹੋਏਗਾ? ਹਾਂ, ਇਸ ਦਾ ਰਿਕਾਰਡ ਰੱਖਿਆ ਹੋਇਆ, ਇਸ ਦਾ ਇੱਕ ਰਜਿਸਟਰ ਲਾਇਆ ਹੋਇਆ ਸੀ। ਅਤੇ ਇੱਕ ਇਹ ਵੀ ਦੱਸੋ ਕਿ ਇਹਦੇ ਵਿੱਚ ਕਿਹੜੇ ਕਿਹੜੇ ਵਿਸ਼ਿਆਂ ਨਾਲ ਸੰਬੰਧਿਤ ਜਾਂ ਕਿਹੜੇ ਕਿਹੜੇ ਕੋਰਸਾਂ ਨਾਲ ਸੰਬੰਧਿਤ 20 ਪੁਸਤਕਾਂ ਨੇ ਸਾਹਿਤ ਤੋਂ ਇਲਾਵਾ? ਸਾਹਿਤ ਤੋਂ ਇਲਾਵਾ ਸਾਡੇ ਕੋਲ IAS ਦੀਆਂ ਪੁਸਤਕਾਂ ਨੇ, BTEC ਦੀਆਂ ਪੁਸਤਕਾਂ ਨੇ, ਕੰਪਿਊਟਰ ਸਾਇੰਸ ਹੈ, ਕਮਰਸ ਹੈ, ਅਤੇ ਹੋਰ ਵੀ ਕੰਪੀਟੀਸ਼ਨ ਦੀਆਂ ਬੁੱਕਸ ਨੇ ਜਿਹੜੀਆਂ ਕਿ ਬੱਚੇ ਲਿਜਾ ਕੇ ਪੜ੍ਹਦੇ ਨੇ ਅਤੇ ਆਪਣਾ ਕਾਮਯਾਬ ਹੁੰਦੇ ਨੇ। 3-4 ਬੱਚੇ ਨੇ ਜਿਹੜੇ ਇੱਥੋਂ ਲਾਇਬ੍ਰੇਰੀ ਨਾਲ ਸਾਡੇ ਇੰਟਚ ਸੀ, ਉਹ ਇਸ ਵੇਲੇ ਸਰਵਿਸ ਵੀ ਕਰ ਰਹੇ ਨੇ। ਇੱਕ ਬੱਚਾ ਡਾਕਨ 'ਚ ਚਲਾ ਗਿਆ, ਇੱਕ ਏਅਰ ਇੰਡੀਆ 'ਚ ਚਲਾ ਗਿਆ, ਇੱਕ ਲੜਕੀ ਹੈ ਉਹ ਵੀ ਇਸ ਪੱਖੋਂ ਕਾਮਯਾਬ ਆ ਅਤੇ ਆਪਣੀ ਸਰਵਿਸ ਡਾਕਨ ਵਿੱਚ ਕਰ ਰਹੀ ਹੈ। ਹੋਰ ਵੀ ਬਹੁਤ ਸਾਰੇ ਬੱਚੇ ਨੇ ਜਿਹੜੇ ਆ ਕੇ ਇੱਥੇ ਪੜ੍ਹਾਈ ਕਰਦੇ ਨੇ ਬੈਠ ਕੇ, ਕਿਉਂਕਿ ਇੱਥੇ ਪੀਸਫੁਲ ਮਾਹੌਲ ਹੁੰਦਾ ਸਾਰਾ ਦਿਨ, ਕੋਈ ਹੈ ਨਹੀਂ ਕਿਸੇ ਕਿਸਮ ਦੀ ਕੋਈ ਤੰਗੀ ਨਹੀਂ ਹੈ। ਕਿੰਨੀਆਂ ਕੁ ਕਿਤਾਬਾਂ ਹੋਣਗੀਆਂ ਜੀ ਸੋਢੀ ਸਾਹਿਬ ਗਿਣਤੀ ਵਜੋਂ? ਸਾਹਿਤਕਾਰਾਂ ਦੀਆਂ ਅਤੇ ਅਕੈਡਮਿਕ ਦੀਆਂ ਰਲਾ ਕੇ 10,000 ਦੇ ਕਰੀਬ ਪੁਸਤਕ ਹੈ। ਬਹੁਤ ਵਧੀਆ। ਇੱਕ ਤਰ੍ਹਾਂ ਦਾ ਸਾਡੇ ਮੁਹੱਲੇ ਦੇ ਵਿੱਚ, ਨਗਰ ਦੇ ਵਿੱਚ, ਸ਼ਹਿਰ ਦੇ ਵਿੱਚ ਇੱਕ ਖਜ਼ਾਨਾ ਆ। ਇਹ ਜਿਹੜੀਆਂ ਫਾਰਮਲ ਐਜੂਕੇਸ਼ਨ ਆ ਜਾਂ ਕਿੱਤਾ ਕੋਰਸਾਂ ਜਾਂ ਕੋਈ ਹੋਰ ਕੰਪੀਟੀਸ਼ਨ ਦੀਆਂ ਕਿਤਾਬਾਂ ਉਹ ਵੀ ਨੇ, ਅਤੇ ਵਧੀਆ ਲੇਖਕਾਂ ਦੀਆਂ ਰਚਨਾਵਾਂ ਵਾਲੀਆਂ ਪੁਸਤਕਾਂ ਵੀ ਨੇ। ਅਤੇ ਇਹ ਦੱਸੋ ਕਿ ਹੁਣ ਤੁਸੀਂ ਇਹ ਥੋੜ੍ਹਾ ਬਹੁਤਾ ਆਪਣੇ ਪਰਿਵਾਰ ਬਾਰੇ ਦੱਸੋ ਕਿ ਤੁਸੀਂ ਇੱਕ ਚੰਗੇ ਲੇਖਕ ਹੋਣ ਦੇ ਨਾਤੇ ਕੀ ਪਰਿਵਾਰ ਦੇ ਵਿੱਚ ਵੀ ਅੱਗੇ ਬੱਚੇ ਨੇਕ ਬਣ ਕੇ ਕੁਝ ਨਾ ਕੁਝ ਬਣੇ ਨੇ? ਹਾਂ, ਪਰਿਵਾਰ ਦੇ ਵਿੱਚ ਵੀ ਛੋਟਾ ਲੜਕਾ ਮੇਰਾ IAS ਹੈ, ਹਰਜਿੰਦਰ ਸਿੰਘ ਭੱਟੀ, ਜਿਹੜਾ ਕਿ ਕਾਫੀ ਸ਼ੌਂਕ ਰੱਖਦਾ ਲਾਇਬ੍ਰੇਰੀ ਬਾਰੇ, ਕਾਫੀ ਉਹਨੂੰ ਇੰਟਰਸਟ ਆ, ਉਹ ਗਾਏ ਬਗਾਏ ਪੁਸਤਕਾਂ ਵੀ ਭੇਜਦਾ ਰਹਿੰਦਾ ਅਤੇ ਲਿਜਾਂਦਾ ਵੀ ਰਹਿੰਦਾ। ਮੇਰੀਆਂ ਲਿਖੀਆਂ ਪੁਸਤਕਾਂ ਤਕਰੀਬਨ ਸਾਰੀਆਂ ਉਹ ਪੜ੍ਹਦਾ, ਉਹਦੇ ਕੋਲ ਰਿਕਾਰਡ ਰੱਖਿਆ ਹੋਇਆ ਆਪਣਾ। ਅਤੇ ਇੱਕ ਲੜਕੀ ਮੇਰੀ MD ਸੈਕਟਰੀ ਹੈ, ਜਿਹੜੀ ਕਿ ਸਾਡੇ ਨੇੜੇ ਹੀ ਉਹ ਡਿਸਪੈਂਸਰੀ ਵੀ ਚਲਾ ਰਹੀ ਹੈ ਅਤੇ ਸਰਵਿਸ ਵੀ ਕਰ ਰਹੀ ਹੈ। ਆਪਣਾ ਕਲੀਨਿਕ ਖੋਲ੍ਹ ਰੱਖਿਆ ਉਹਨੇ 3-6 ਵਜੇ, ਮੈਂ ਵੀ ਉਹਦੇ ਨਾਲ ਹੀ ਹੁੰਦਾ ਅਤੇ ਅਸੀਂ ਦੋਵੇਂ ਰਲ ਕੇ ਕਲੀਨਿਕ ਚਲਾਉਂਦੇ ਹਾਂ। ਬ੍ਰੇਨ ਦਾ ਦਿਮਾਗ ਦਾ ਉਹ ਇਲਾਜ ਕਰਦੀ ਹੈ। ਇੱਕ ਲੜਕਾ ਬਾਹਰ ਹੈ, ਉਹ ਆਪਣਾ ਬਾਹਰ ਸੈਟਲ ਆ, ਉਹ ਵੀ MD ਮੈਡੀਸਨ ਡਾਕਟਰ ਹੈ। ਅੱਛਾ, ਚਲੋ, ਇਹਦੇ ਤੋਂ ਤੁਸੀਂ ਇੱਕ ਤਰ੍ਹਾਂ ਦਾ ਪ੍ਰੈਕਟੀਕਲੀ ਲਾਈਫ ਦੇ ਵਿੱਚ ਕੁਝ ਨਾ ਕੁਝ ਬੱਚਿਆਂ ਨੂੰ ਚੰਗੀ ਸੇਧ ਕਰਨ ਦੀ ਵੀ ਗੱਲ ਨੂੰ ਅਮਲੀ ਜਾਮਾ ਪਹਿਨਾਇਆ ਤਾਂ ਕਿ ਬੱਚੇ ਵਾਕਈ ਆਪਣੇ ਪੈਰਾਂ ਸਿਰ ਖੜ੍ਹੇ ਹੋ ਕੇ ਵਧੀਆ ਜੋਬ ਕਰ ਸਕਣ। ਅਤੇ ਤੁਸੀਂ ਹੁਣ ਇਹ ਦੱਸੋ ਕਿ ਪਾਠਕਾਂ ਬਾਰੇ ਕੀ ਕਹਿਣਾ ਚਾਹੁੰਦੇ ਹਾਂ ਕਿ ਇਹ ਪਾਠਕ ਨਵੀਂ ਉਮਰ ਦੇ ਜਿੰਨੇ ਵੀ ਹੈਗੇ ਆ, ਜਿਨ੍ਹਾਂ ਨੇ ਕੁਝ ਨਾ ਕੁਝ ਆਉਣ ਵਾਲੇ ਸਮੇਂ ਵਿੱਚ ਭਵਿੱਖ ਵਿੱਚ ਬਹੁਤ ਸਾਰੀਆਂ ਮੱਲਾਂ ਮਾਰਨੀਆਂ, ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਕਿ ਪੁਸਤਕਾਂ ਪੜ੍ਹੋ ਔਰ ਕਿੱਦਾਂ ਕਿੱਦਾਂ ਵਿਸ਼ੇ ਦੀਆਂ, ਇਹਦੇ ਬਾਰੇ ਥੋੜ੍ਹਾ ਜਿਹਾ ਸੰਖੇਪ ਵਿੱਚ ਦੱਸੋ? ਆਉਣ ਵਾਲੇ ਸਮੇਂ ਦੇ ਜਿਹੜੀ ਨਵੀਂ ਜਨਰੇਸ਼ਨ ਆ, ਉਹ ਮੈਨੂੰ ਬੜੇ ਦੁੱਖ ਨਾਲ ਕਹਿਣਾ ਕਹਿ ਰਿਹਾ ਕਿ ਉਹ ਪੁਸਤਕਾਂ ਵੱਲ ਬਹੁਤ ਘੱਟ ਧਿਆਨ ਦਿੰਦੇ ਨੇ। ਸੋਸ਼ਲ ਮੀਡੀਆ ਨਾਲ ਚਿਪਕੇ ਰਹਿੰਦੇ ਆ ਸਾਰਾ ਦਿਨ, ਮੋਬਾਈਲ 'ਤੇ ਜੇ ਉਹਨਾਂ ਨੂੰ ਟਾਈਮ ਹੀ ਮਿਲਦਾ, ਪੁਸਤਕਾਂ ਘੱਟ ਪੜ੍ਹਦੇ ਆ। ਸਿਆਣੇ ਬੰਦੇ ਜਿਹੜੇ ਆ ਉਹ ਪੁਸਤਕਾਂ ਪੜ੍ਹਦੇ ਨੇ, ਜਾਂ ਰਿਟਾਇਰ ਹੋਏ ਬੰਦੇ ਆਪਣਾ ਟਾਈਮ ਪਾਸ ਕਰਨ ਲਈ ਪੁਸਤਕਾਂ ਦੀ ਕੀਮਤ ਨੂੰ ਸਮਝਦੇ ਆ। ਅਤੇ ਨਵੀਂ ਜਿਹੜੀ ਪੀੜ੍ਹੀ ਆ, ਜੇ ਉਹ ਪੜ੍ਹਨ ਕਿਤਾਬਾਂ ਅਤੇ ਉਹਨਾਂ ਦਾ ਜਿਹੜਾ ਭਵਿੱਖ ਆ ਕਾਫੀ ਸੁਧਰ ਸਕਦਾ, ਜਿਸ ਤਰ੍ਹਾਂ ਮੇਰੇ ਬੱਚਿਆਂ ਦਾ ਸੁਧਰਿਆ। ਕਿਉਂਕਿ ਮੈਂ ਬੱਚਿਆਂ ਨੂੰ ਇੱਕੋ ਟਾਰਗੇਟ ਦਿੱਤਾ ਸੀ, ਨੈਪੋਲੀਅਨ ਬੋਨਾਪਾਰਟ ਨੇ ਕਿਹਾ ਸੀ ਕਿ ਦੀ ਵਰਲਡ ਇਜ਼ ਇਮਪੋਸੀਬਲ ਇਜ਼ ਫਾਊਂਡ ਇਨ ਦੀ ਡਿਕਸ਼ਨਰੀ ਆਫ ਫੂਲਸ ਓਨਲੀ, ਕਿ ਦੁਨੀਆਂ 'ਤੇ ਕੁਝ ਵੀ ਅਸੰਭਵ ਨਹੀਂ ਹੈ, ਜੋ ਵੀ ਇਨਸਾਨ ਚਾਹੇ ਉਸਨੂੰ ਪ੍ਰਾਪਤ ਕਰ ਸਕਦਾ। ਮੇਰੇ ਬੱਚਿਆਂ ਨੇ ਇਹੀ ਕੁਝ ਕੀਤਾ ਅਤੇ ਮੈਂ ਇਹੀ ਉਹਨਾਂ ਨੂੰ ਸਿੱਖਿਆ ਦਿੱਤੀ ਔਰ ਤਿੰਨੇ ਉਹ ਕਾਮਯਾਬ ਨੇ ਆਪਣਾ
ਆਪਣੀ ਆਪਣੀ ਜਗ੍ਹਾ ਸੈਟਲ ਨੇ। ਬਾਕੀ ਪਾਠਕਾਂ ਨੂੰ ਵੀ ਇਹੀ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਵੱਧ ਤੋਂ ਵੱਧ ਪੁਸਤਕਾਂ ਪੜ੍ਹੋ, ਮਿਹਨਤ ਕਰੋ। ਕੁਛ ਆਉਂਦੇ ਨੇ ਮੇਰੇ ਕੋਲ ਕੰਪੀਟੀਸ਼ਨ ਵਾਲੇ ਬੱਚੇ ਆਉਂਦੇ ਨੇ, ਮੈਂ ਸਾਰਿਆਂ ਨੂੰ ਇਹ ਸੰਦੇਸ਼ ਦਿੰਦਾ ਕਿ ਪੁਸਤਕਾਂ ਮੈਂ ਫ੍ਰੀ ਦਿੰਦਾ ਸਾਰਿਆਂ ਨੂੰ। ਜੇ ਕੋਈ ਗਰੀਬ ਵੀ ਹੈ ਪੜ੍ਹਨ ਵਾਲਾ ਬੱਚਾ ਤਾਂ ਉਹਨੂੰ ਮੈਂ ਕੋਲੋਂ ਵੀ ਖਰੀਦ ਕੇ ਪੁਸਤਕਾਂ ਬਾਜ਼ਾਰ ਵਿੱਚੋਂ ਵੀ ਲੈ ਕੇ ਦੇ ਦਿੰਦਾ। ਅਤੇ ਬੱਚੇ ਪੜ੍ਹਦੇ ਨੇ, ਜਿਨ੍ਹਾਂ ਨੂੰ ਸ਼ੌਂਕ ਆ ਉਹ ਜ਼ਰੂਰ ਆਉਂਦੇ ਨੇ, ਅਤੇ ਜਿਨ੍ਹਾਂ ਦੇ ਘਰ ਦੇ ਵਿੱਚ ਇਹੋ ਜਿਹਾ ਮਾਹੌਲ ਨਹੀਂ ਉਹ ਲਾਇਬ੍ਰੇਰੀ ਦਾ ਕੀ, ਘਰ ਦੇ ਵਿੱਚ ਵੀ ਨਹੀਂ ਪੜ੍ਹਦੇ ਗੇ। ਲਾਇਬ੍ਰੇਰੀ ਨਾਲ ਜੁੜਨਾ ਇੱਕ ਗਨੇਮਤ ਆ, ਜੋ ਬੱਚਾ ਲਾਇਬ੍ਰੇਰੀ ਨਾਲ ਜੁੜ ਗਿਆ ਉਹ ਜ਼ਿੰਦਗੀ 'ਚ ਜ਼ਰੂਰ ਸਫਲ ਹੋ ਜਾਂਦਾ। ਇਹ ਜਿਹੜੇ ਬੱਚਿਆਂ ਲਈ ਤੁਸੀਂ ਇਹ ਗੱਲ ਦੱਸੀ ਕਿ ਮੈਂ ਕੋਲੋਂ ਵੀ ਪੈਸੇ ਲਾ ਕੇ ਉਹਨਾਂ ਨੂੰ ਲੋੜੀਂਦੀਆਂ ਪੁਸਤਕਾਂ ਕੰਪੀਟੀਸ਼ਨ ਵਾਲੀਆਂ ਪ੍ਰੋਵਾਈਡ ਕਰਦਾ, ਇਹ ਤੁਹਾਡੀ ਜਿਹੜਾ ਸੋਸ਼ਲ ਵੈਲਫੇਅਰ ਦਾ ਕੰਮ ਆ ਇਹ ਬਹੁਤ ਸ਼ਲਾਘਾਯੋਗ ਕਦਮ ਹੈ। ਅਤੇ ਤੁਸੀਂ ਸਾਡੇ ਨਾਲ ਇਸ ਮੀਟਿੰਗ ਦੇ ਵਿੱਚ ਅੱਜ ਦੀ ਸਾਥ ਦਿੱਤਾ ਅਤੇ ਪਾਠਕਾਂ ਸਰੋਤਿਆਂ ਦੇ ਰੂਬਰੂ ਹੋਏ ਹਾਂ, ਦਰਸ਼ਕਾਂ ਦੇ ਰੂਬਰੂ ਹੋਏ ਹਾਂ, ਤੁਹਾਡਾ ਬਹੁਤ ਬਹੁਤ ਧੰਨਵਾਦ। ਮੈਂ ਹਰਮਨ ਟੀਵੀ ਦੇ ਪ੍ਰਬੰਧਕਾਂ ਦਾ ਅਤੇ ਪੂਰੇ ਸਟਾਫ ਦਾ ਦਿਲੋਂ ਤਹਿ ਧੰਨਵਾਦੀ ਹਾਂ, ਜਿਨ੍ਹਾਂ ਨੇ ਅੱਜ ਸਾਡੀ ਲਾਇਬ੍ਰੇਰੀ ਵਿੱਚ ਆਉਣ ਦਾ ਆ ਕੇ ਇੰਟਰਵਿਊ ਲਿੱਤੀ ਅਤੇ ਸਾਡੇ ਲਾਇਬ੍ਰੇਰੀ ਬਾਰੇ ਪੂਰੀ ਜਾਣਕਾਰੀ ਲਈ। ਬਹੁਤ ਬਹੁਤ ਧੰਨਵਾਦ।